ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਓਏ ਐ ਫੇਮਸ ਸਿੰਗਰ ਤੇ ਐਕਟਰ ਦਿਲਜੀਤ ਦਸਾਂਝ ਪਹੁੰਚੇ ਜਿਮੀ ਫੈਲਨ ਸ਼ੋਅ ਦੇ ਵਿੱਚ ਜੀ ਹਾਂ ਰੀਸੈਂਟਲੀ ਸੋਸ਼ਲ ਮੀਡੀਆ ਦੇ ਜ਼ਰੀਏ ਅਪਡੇਟ ਸਾਹਮਣੇ ਆਈ ਸੀ ਕਿ ਦਿਲਜੀਤ ਦਸਾਂਝ ਜਿਮੀ ਫੈਲਨ ਸ਼ੋਅ ਦੇ ਇਸ ਹਫਤੇ ਵਾਲੇ ਐਪੀਸੋਡ ਦੇ ਵਿੱਚ ਆਣਗੇ ਤੇ ਦੱਸਦੀ ਹੈ ਕਿ ਹੁਣ ਦਿਲਜੀਤ ਦਸਾਂਝ ਇੱਥੇ ਪਹੁੰਚ ਚੁੱਕੇ ਨੇ ਜਿਸ ਦੀਆਂ ਕੁਝ ਬੀਟੀਐਸ ਕਲਿੱਪਸ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਈਆਂ ਨੇ ਦਰਅਸਲ ਰੀਸੈਂਟਲੀ ਦਿਲਜੀਤ ਦਸਾਂਝ ਨੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਸਪੈਸ਼ਲ ਪੋਸਟ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ ਦਿਲਜੀਤ ਦਸਾਂਝ ਦ ਟੁਨਾਈਟ ਸ਼ੋਅ ਸਟਾਰਿੰਗ ਜਿਮੀ ਫੈਲਨ ਦੇ ਵਿੱਚ ਗਏ ਹੋਏ ਨਜ਼ਰਾਈ ਨੇ ਤੇ ਇੱਥੇ ਦੀਆਂ ਤਸਵੀਰਾਂ ਦਿਲਜੀਤ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਮੈਂ ਦੱਸਦੀ ਹਾਂ ਕਿ ਇਸ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦਸਾਂਝ ਲੱਗਦੀ ਨਹੀਂ ਦ ਟੁਨਾਈਟ ਸ਼ੋਅ ਤੇ ਨਾਲ ਹੀ ਉਹਨਾਂ ਜਿਮੀ ਫੈਲਨ ਤੇ ਟੁਨਾਈਟ ਸ਼ੋਅ ਨੂੰ ਮੈਂਸ਼ਨ ਵੀ ਕੀਤਾ ਐ ਇਸਨਾਲੀ ਦੱਸਦੀ ਹਾਂ ਕਿ ਤਸਵੀਰਾਂ ਤੋਂ ਇਲਾਵਾ ਦਿਲਜੀਤ ਦਸਾਂਝ ਨੇ ਇੱਕ ਵੀਡੀਓ ਕਲਿੱਪ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕਿ ਉਹ ਜਿਵੇਂ ਫੈਲਨ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਮੀ ਫੈਲਨ ਉਹਨਾਂ ਨੂੰ ਕੁਝ ਗਲੱਫਸ ਦਿੰਦੇ ਨੇ ਤੇ ਉਹਨਾਂ ਦੀ ਇਹ ਮੀਟਿੰਗ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਇਸਨਾਲੀ ਦਸਾਂਜ ਜੈਮੀ ਫੈਲਨ ਨੂੰ ਪੰਜਾਬੀ ਬੋਲਣਾ ਸਿਖਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਜਿਸ ਵੀਡੀਓ ਦੇ ਦੌਰਾਨ ਦਿਲਜੀਤ ਦਸਾਂਜ ਨੇ ਜੈਮੀ ਨੂੰ ਸੱਤਰੀਆ ਕਾਲ ਬੋਲਣਾ ਵੀ ਸਿਖਾਇਆ ਤੇ ਇਸ ਦੇ ਨਾਲ ਹੀ ਪੰਜਾਬੀ ਆ ਗਈ ਉਹਨਾਂ ਦਾ ਜੋ ਪਰਟੀਕੂਲਰ ਡਾਇਲੋਗ ਹੈ ਇੱਕ ਫੇਮਸ ਟੈਗ ਲਾਈਨ ਹੈ ਦਿਲਜੀਤ ਦਸਾਂਜ ਦੀ ਜੋ ਆਪਣੇ ਆਲਮੋਸਟ ਹਰ ਸ਼ੋਅ ਦੇ ਵਿੱਚ ਉਹ ਅੱਜ ਕੱਲ ਬੋਲ ਰਹੇ ਨੇ ਇਸ ਨੂੰ ਉਹਨਾਂ ਨੇ ਜੈਮੀ ਫੈਲਨ ਤੋਂ ਵੀ ਬੁਲਵਾਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਲੋਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਬੀਂਗਾ ਪੰਜਾਬੀ ਸਭ ਪੰਜਾਬੀਆਂ ਦੇ ਲਈ ਕਾਫੀ ਮਾਣ ਵਾਲੀ ਗੱਲ ਹੈ ਦੱਸਦੀ ਕਿ ਦਿਲਜੀਤ ਦਸਾਂਜ ਅਜੇ ਪਹਿਲੇ ਪੰਜਾਬੀ ਆਰਟਿਸਟਸ ਨੇ ਜੋ ਕਿ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਪਹੁੰਚੇ ਨੇ ਤੇ ਇੱਥੇ ਦਿਲਜੀਤ ਦਸਾਂਝ ਨੇ ਪਰਫਾਰਮ ਵੀ ਕੀਤਾ ਤੇ ਜਿੱਥੇ ਕਿ ਦਿਲਜੀਤ ਦਸਾਂਝ ਦੀ ਪਰਫਾਰਮੈਂਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਈ ਹੈ ਇਸ ਦੀ ਪਰਫਾਰਮੈਂਸ ਦੀ ਵੀਡੀਓ ਨੂੰ ਵੀ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਤੇ ਨਾਲ ਹੀ ਦਿਲਜੀਤ ਦਸਾਂਝ ਨੇ ਆਪਣੀਆਂ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਪੰਜਾਬੀ ਆ ਗਈ ਹੋਏ ਤੇ ਜਿਮੀ ਫੈਲਨ ਦੇ ਨਾਲ ਇੱਕ ਤਸਵੀਰ ਸਾਂਝਾ ਕਰਦਿਆਂ ਹੋਏ ਦਿਲਜੀਤ ਲਿਖਦੇ ਨੇ ਪੰਜਾਬ ਪੰਜਾਬੀ ਦੁਨੀਆ ਦੀ ਹਰ ਸਟੇਜ ਤੇ ਇਹਨਾਂ ਵੀਡੀਓ ਕਲਿਪਸ ਨੂੰ ਇਹਨਾਂ ਤਸਵੀਰਾਂ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨਹੀਂ ਵਰਗਰਾਫ ਦੀ ਗੱਲ ਕਰੀਏ ਤੇ ਦਿਲਜੀਤ ਦਸਾਂਜ ਆਪਣੇ ਫੈਨਸ ਦੇ ਲਈ ਬੈਕ ਟੂ ਬੈਕ ਪ੍ਰੋਜੈਕਟਸ ਲੈ ਕੇ ਆ ਰਹੇ ਨੇ ਤੇ ਦਿਲਜੀਤ ਦਸਾਂਜ ਹਮੇਸ਼ਾ ਆਪਣੇ ਨਵੇਂ ਗਾਣੇ ਦੇ ਵਿੱਚ ਕੁਝ ਯੂਨੀਕ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਰੀਸੈਂਟਲੀ ਉਹਨਾਂ ਦਾ ਪ੍ਰਭਾਸ ਦੇ ਨਾਲ ਗੀਤ ਭੈਰਵਾ ਐਂਥਮ ਵੀ ਰਿਲੀਜ਼ ਹੋਇਆ ਜੋ ਕਿ ਪ੍ਰਭਾਸ ਦੀ ਆਉਣ ਵਾਲੀ ਫਿਲਮ ਕਲਕੀ 2898 AD ਦੇ ਵਿੱਚ ਹੈ ਜਿਸ ਦੇ ਵਿੱਚ ਦਿਲਜੀਤ ਦਸਾਂਜ ਇਸ ਗੀਤ ਦੀ ਵੀਡੀਓ ਵਿੱਚ ਵੀ ਫੀਚਰ ਕੀਤੇ ਨੇ ਇਸ ਗੀਤ ਨੂੰ ਦਿਲਜੀਤ ਨੇ ਹੀ ਆਵਾਜ਼ ਦਿੱਤੀ ਹੈ ਤੇ ਗੀਤ ਦੀ ਵੀਡੀਓ ਵਿੱਚ ਦਿਲ ਜੀਤੇ ਪ੍ਰਭਾਸ ਤੋਂ ਵੀ ਹੀ ਇਕੱਠੇ ਨਜ਼ਰ ਆਏ ਤੇ ਇਸ ਗੀਤ ਨੂੰ ਵੀ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਹੈ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਦਿਲਜੀਤ ਦੀ ਪੋਪੂਲੈਰਿਟੀ ਦਿਨੋ ਦਿਨ ਇਨਕਰੀਜ਼ ਹੋ ਰਹੀ ਹੈ ਤੇ ਉਹਨਾਂ ਦੇ ਗਾਇਕੀਤ ਵੀ ਲੋਕਾਂ ਨੂੰ ਕਾਫੀ ਪਸੰਦ ਆਉਂਦੇ ਨੇ ਤੁਹਾਡਾ ਫੇਵਰਿਟ ਕਿਹੜਾ ਹੈ ਕਮੈਂਟ ਏਰੀਆ 'ਚ ਸ਼ੇਅਰ ਕਰ ਸਕਦੇ ਹੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬੱਸ ਇੰਨਾ ਹੀ ਇਸ ਤੋਂ ਇਲਾਵਾ ਪੋਲੀਵੁੱਡ ਦੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ